सत श्री अकाल दोस्तों, मैं हाँ थोड़ा अपना प्रिंस इंद्रप्रीत सिंह ते लै चलदे आ थोनू नायगरा फॉल मेले दीआं कुछ क झलकियां विखाउण वास्ते मिनी ब्लॉग थोड़े नाल सांझा करन लग्गिआं। सिंगर्स नूं इस मेले ते गाउण तों पहलां एक कॉन्ट्रैक्ट जिहड़ा उह साइन करना पैंदा। लओ जी असीं तैयार हाँ, सवेर दा समां आ और असीं निकल चुके हाँ नायगरा फॉल। जिवें कि तुसीं वेख रहे हो सानूं इत्थों लगभग डेढ़ घंटा लगना आ और बड़े सोहणे सोहणे ब्रिज आउंदे रास्ते दे विच। डेढ़ घंटे का यह सफ़र किवें पलां दे विच बीत जांदा दोस्तों पता ही नहीं लगता। दूर दूर तक देखो पानी ही पानी और बंदरगाहां बनिया ने जिथों शिप राही और क्रूज़ राही समान जिहड़ा आ आई थिंक मैनूं लगता कि USA जां होर कंट्रियां दे विच जांदा होगा। बस असीं पहुँचने वाले हाँ दोस्तों नायगरा फॉल, आओ थोनू दिखाउने आ झलकियां। दोस्तों बिल्कुल नहीं लग रहा कि असीं पंजाब दे विच नहीं हैगे, इत्थों दीआं कुछ एग्जाम्पल ने मैनूं लगता कुछ पंजाब तो होणगीआं लड़कियां, पर बिल्कुल ही यूथ फेस्टिवल का माहौल लग रहा है। और तुसी देखो किस तरह स्टेप किन्ने सोहने और प्रॉपर तरीके दे नाल भंगड़ा। ओथे नेवले ने तो पहुंचया नहीं यार, तू ड्रीमलैंड ना खराब कर मेरा। मैं होवा अते ओ नायगरा फॉल ते दोस्तों छल्ली दा मजा ही वखरा आ। सो देखो कुदरत दा नजारा, ए मैन मेड नहीं हैगा, ए कुदरती बनया होया। ਜਿਹੜੇ ਤਾਂ ਦੇਖੋ ਲਾਲ ਵਾਲੇ ਹੈਗੇ, ਲਾਲ ਡਰੈਸਾਂ ਪਾਈਆਂ, ਉਹ ਹੈਗੇ ਆ ਕੈਨੇਡਾ ਵਾਲੇ। ਤੇ ਜਿਹੜੇ ਬਲੂ ਵਾਲੇ ਨੇ ਤੁਹਾਨੂੰ ਵਿਖਾਉਣਾ, ਇਹ ਹੈਗੇ ਨੇ ਅਮਰੀਕਾ ਵਾਲੇ। ਜਦੋਂ ਪਿਆਰ ਰੂਹਾਂ ਦਾ ਹੋਵੇ ਫਿਰ ਕੀ ਹੁੰਦਾ, ਕਹਿੰਦੀ ਹੌਲੀ ਹੌਲੀ ਹੋਈ ਜਾਵਾਂ, ਹਾਏ ਮੈਂ ਵੀ ਤੇਰੇ ਵਰਗੀ, ਵੇ ਤੈਨੂੰ ਮਿਲ ਦਿਲ ਦੀ ਵੇ, ਖਾਲੀ ਥਾਂ ਜੀ ਭਰ ਗਈ। ਖਾੜਾ ਲਾ ਕੇ ਥੱਲੇ ਆਏ ਤਾਂ ਆਪਣੇ ਚਾਹੁਣ ਵਾਲਿਆਂ ਨਾਲ ਅਤੇ ਸੰਗੀਤ ਜਗਤ ਦੀਆਂ ਕੁਛ ਕੁ ਮਹਾਨ ਹਸਤੀਆਂ ਦਾ ਪਿਆਰ ਮਿਲਿਆ। ਕਰੂਜ਼ ਬਿਲਕੁਲ ਦੇਖੋ, ਉਹ ਜਿੱਥੇ ਝਰਨਾ ਬਣਦਾ ਆ ਉੱਥੇ ਅੰਦਰ ਲੈ ਜਾਂਦਾ ਆ ਔਰ ਜਿਹੜੇ ਵਿੱਚ ਸਵਾਰ ਨੇ ਯਾਤਰੂ ਬੜਾ ਹੀ ਆਨੰਦ ਮਾਣਦੇ ਨੇ। ਇੱਧਰ ਦੇਖੋ ਆ ਨੀਲੀਆਂ ਡਰੈਸਾਂ ਵਾਲੇ, ਇਹ ਦੋਸਤੋ ਤਿਤਲੀਆਂ ਦਾ ਪਾਰਕ ਆ। ਇਸ ਪਾਰਕ ਦੇ ਵਿੱਚ ਅਕਸਰ ਬਹੁਤ ਸਾਰੀਆਂ ਤਿਤਲੀਆਂ ਮਿਲਦੀਆਂ ਨੇ ਪਰ ਅੱਜ ਬਾਰਿਸ਼ ਹੋਣ ਦੇ ਕਰਕੇ ਅਸੀਂ ਨਹੀਂ ਦੇਖ ਪਾਏ। ਨਾਇਗਰਾ ਫਾਲ ਦੀ ਜਿਹੜੀ ਇਹ ਮਾਰਕੀਟ ਹੈ, ਸਾਰਾ ਦਿਨ ਇੱਥੇ ਚੱਕਾ ਚਾਉਂਦੇ, ਇਸੇ ਤਰ੍ਹਾਂ ਹੀ ਰਸ਼ ਭੀੜ ਬਣੀ ਰਹਿੰਦੀ ਹੈ। ਇਹ ਕਦੇ ਤੁਹਾਨੂੰ ਉਦਾਸ ਨਹੀਂ ਹੋਣ ਦਿੰਦੀ, ਲੋਕ ਇੱਥੇ ਆਪਣਾ ਵੀਕਐਂਡ ਇੰਜੋਏ ਕਰਨ ਆਉਂਦੇ ਨੇ। ਸੋ ਸਾਰਾ ਇੱਥੇ ਪੰਜਾਬ ਵਾਲਾ ਫੀਲ ਵੀ ਤੁਹਾਨੂੰ ਮਹਿਸੂਸ ਹੋਊਗਾ। ਉਹ ਤੁਹਾਨੂੰ ਮੇਲੇ ਵਾਲੇ ਪਾਸੇ ਲੈ ਕੇ ਚੱਲਦੇ ਹਾਂ, ਚੰਡੋਲ ਵਾਲੇ ਪਾਸੇ ਆ ਜਾਓ। ਸੋ ਮੁਕਤਸਰ ਮਾਘੀ ਦੇ ਮੇਲੇ ਤੋਂ ਬਾਅਦ ਸਿੱਧਾ ਨਾਇਗਰਾ ਫਾਲ ਵਾਲੀ ਚੰਡੋਲ ਚੜ੍ਹੇ ਹਾਂ ਪਰ ਇੱਥੇ ਸੇਫਟੀ ਬਹੁਤ ਜ਼ਿਆਦਾ ਹੁੰਦੀ ਹੈ ਔਰ ਚੰਡੋਲ ਜਿਵੇਂ ਆਪਣੇ ਦਾ ਰੇਲ ਬਣਾ ਦਿੰਦੇ ਆ ਉਵੇਂ ਇੱਥੇ ਨਹੀਂ ਚਲਾਉਂਦੇ। ਇੱਥੇ ਬਿਲਕੁਲ ਹੌਲੀ ਹੌਲੀ ਜਸਟ ਇੱਕ ਉੱਪਰਲਾ ਜਿਹੜਾ ਤੁਸੀਂ ਵਿਊ ਦੇਖਣਾ ਹੁੰਦਾ ਪੂਰਾ ਸਿਸਟਮ ਨਾਲ ਚੱਲਦੇ ਆ, ਲੋਕ ਪ੍ਰੋਪਰ ਥੋੜ੍ਹੀ ਸੇਫਟੀ ਦਾ ਯਾਨੀ ਕਿ ਪੂਰਾ ਧਿਆਨ ਰੱਖਿਆ ਜਾਂਦਾ ਆ। ਅਤੇ ਦੇਖੋ ਤੁਸੀਂ ਕਿਸ ਤਰ੍ਹਾਂ ਅੰਦਰ ਹੁਣ ਅਸੀਂ ਜਾਵਾਂਗੇ ਅਤੇ ਉਸ ਤੋਂ ਬਾਅਦ ਇਹਨੇ ਬਾਹਰੋਂ ਲੋਕ ਲਾ ਦੇਣਾ, ਬਾਈ ਨੇ ਲੋਕ ਲਾ ਕੇ ਅਤੇ ਅੰਦਰ ਪੱਖੇ ਪੁੱਖੇ ਮਿਊਜ਼ਿਕ ਹਲਕਾ ਹਲਕਾ ਚੱਲਦਾ ਹੁੰਦਾ ਅਤੇ ਬਸ ਆਰਾਮ ਨਾਲ ਬਹਿ ਜਾਓ ਅਤੇ ਉੱਪਰੋਂ ਵਿਊ ਇੰਜੋਏ ਕਰੋ। ਇਹ ਸੀ ਦੋਸਤੋ ਨਾਇਗਰਾ ਫਾਲ, ਤੁਹਾਨੂੰ ਕਿਵੇਂ ਲੱਗਾ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।